ਸਸ਼ਕਾਲ ਜੀ ਮੈਂ ਸੰਦੇਸ਼ ਔਲਕ ਸ਼ਰਮਾ ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਵਾਰ ਦੀਆਂ ਜਿਹੜੀਆਂ ਪੰਜਾਬ ਵਿਧਾਨ ਸਭਾ ਚੋਣਾਂ ਹੈਗੀਆਂ ਨੇ ਉਹ ਕਾਫੀ ਜ਼ਿਆਦਾ ਦਿਲਚਸਪ ਤੇ ਕਾਫੀ ਜ਼ਿਆਦਾ ਰੋਚਕ ਹੁੰਦੀਆਂ ਨਜ਼ਰ ਆ ਰਹੀਆਂ ਨੇ। ਇਸ ਦੇ ਵਿੱਚ ਮੁਕਾਬਲਾ ਵੀ ਕਾਫੀ ਜ਼ਿਆਦਾ ਤੇਜ਼ ਹੈ ਕਿਉਂਕਿ ਸਮਝ ਨਹੀਂ ਆ ਰਿਹਾ ਕਿ ਕਿਸ ਤੇ ਖੇਮੇ ਦੇ ਵਿੱਚ ਜਾਣਗੀਆਂ ਜ਼ਿਆਦਾ ਸਿੱਟਾਂ ਤੇ ਕਿਹੜੀ ਪਾਰਟੀ ਬਣਾ ਸਕੇਗੀ ਆਪਣੀ ਸਰਕਾਰ। ਇਸੇ ਦੌਰਾਨ ਜੇ ਸਿਆਸੀ ਸਮੀਕਰਨਾਂ ਦੀ ਗੱਲ ਕਰੀਏ ਤਾਂ ਪਿਛਲੇ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਰੇ ਰਾਜਨੀਤਿਕ ਸਮੀਕਰਨ ਹੈਗੇ ਨੇ ਜਿਹੜੇ ਉਹ ਬਦਲ ਚੁੱਕੇ ਨੇ, ਬਹੁਤ ਸਾਰੀ ਫੇਰ ਬਦਲ ਹੋਈ ਹੈਗੀ ਹੈ। ਨਾਲੋਂ ਨਾਲ ਡੀ ਫੈਕਟਰ ਹੈਗਾ ਜਿਹੜਾ ਉਸ ਦਾ ਵੀ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਕਾਫੀ ਅਹਿਮ ਰੋਲ ਹੋਣ ਵਾਲਾ ਹੈਗਾ ਹੈ ਤੇ ਜਾਣਦੇ ਆ ਇਸ ਵਾਰ ਜਿਹੜੀਆਂ ਵਿਧਾਨ ਸਭਾ ਚੋਣਾਂ ਹੈਗੀਆਂ ਨੇ ਉਸ ਦੇ ਸਿਆਸੀ ਸਮੀਕਰਨ ਕੀ ਕਹਿੰਦੇ ਨੇ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੀਆਂ ਹੋਈਆਂ ਨੇ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਸੂਬੇ ਦੇ ਰਾਜਨੀਤਿਕ ਸਮੀਕਰਨ ਪੂਰੀ ਤਰ੍ਹਾਂ ਦੇ ਨਾਲ ਬਦਲ ਚੁੱਕੇ ਨੇ। ਪਿਛਲੀਆਂ ਚੋਣਾਂ ਦੇ ਦੌਰਾਨ ਨੇਤਾ ਜਿਸ ਬੈਨਰ ਹੇਠ ਖੜੇ ਹੋ ਕੇ ਪੰਜਾਬ ਵਾਸੀਆਂ ਤੋਂ ਵੋਟ ਮੰਗ ਰਹੇ ਸੀ, ਇਸ ਵਾਰ ਉਹਨਾਂ ਦਾ ਉਹ ਬੈਨਰ ਬਦਲ ਚੁੱਕਿਆ ਹੈ। ਅਜਿਹੇ ਵਿੱਚ ਪੰਜਾਬ ਦਾ ਰਾਜਨੀਤਿਕ ਤਾਪਮਾਨ ਵੀ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਤੋਂ ਬਾਅਦ ਕਹਿਣਾ ਮੁਸ਼ਕਿਲ ਹੋ ਰਿਹਾ ਹੈ ਕਿ ਕਿਸ ਪਾਰਟੀ ਦੀ ਜ਼ਿਆਦਾ ਮਜ਼ਬੂਤ ਪਕੜ ਹੈ। ਪੰਜਾਬ ਦੇ ਸਿਆਸੀ ਸਮੀਕਰਨ। ਪੰਜਾਬ ਵਿੱਚ ਸੱਤਾਰੂੜ ਕਾਂਗਰਸ ਦੀ ਰਾਹ ਵੀ ਇਸ ਵਾਰ ਸੌਖੀ ਨਹੀਂ ਹੈ। ਪਿਛਲੀਆਂ ਚੋਣਾਂ ਵਿੱਚ ਪਾਰਟੀ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਜਿੱਥੇ ਇਕਜੁੱਟ ਸੀ, ਉੱਥੇ ਇਸ ਵਾਰ ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਸਮੇਤ ਕਈ ਖੇਮਿਆਂ ਵਿੱਚ ਵੰਡੀ ਹੋਈ ਹੈ। ਅਜਿਹੇ ਵਿੱਚ ਇਹ ਚੋਣਾਂ ਕਾਂਗਰਸ ਦੇ ਲਈ ਵੀ ਕਿਸੇ ਵੱਡੀ ਪ੍ਰੀਖਿਆ ਤੋਂ ਘੱਟ ਨਹੀਂ ਹੋਣਗੀਆਂ। ਉਧਰ ਪੰਜਾਬ ਦੇ ਚੁਣਾਵੀ ਰਣ ਵਿੱਚ ਰਾਜਨੀਤਿਕ ਦਲਾਂ ਦੇ ਲਈ ਉਮੀਦਵਾਰਾਂ ਦੀ ਚੋਣ ਵੀ ਅਹਿਮ ਕਿਰਦਾਰ ਨਿਭਾ ਸਕਦੀ ਹੈ। ਕਦੇ ਕਦੇ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਆਜ਼ਾਦ ਉਮੀਦਵਾਰ ਦੀ ਸਿਆਸੀ ਦਲਾਂ ਦੇ ਉਮੀਦਵਾਰ ਨਾਲੋਂ ਚੰਗੀ ਪਕੜ ਹੁੰਦੀ ਹੈ। ਜਿਸ ਤਰ੍ਹਾਂ ਨਾਲ ਪੰਜਾਬ ਵਿੱਚ ਸਿਆਸੀ ਸਮੀਕਰਨ ਬਣ ਰਹੇ ਨੇ, ਉਸ ਨੂੰ ਦੇਖਦੇ ਹੋਏ ਵੋਟਰ ਵੀ ਕਨਫਿਊਜ਼ ਹੋ ਰਹੇ ਨੇ ਕਿ ਕਿਸ ਪਾਰਟੀ ਦੇ ਪੱਖ ਵਿੱਚ ਵੋਟ ਪਾਉਣ। ਇਸ ਲਈ ਸਿਆਸੀ ਦਲਾਂ ਦੇ ਲਈ ਸਹੀ ਉਮੀਦਵਾਰ ਦੀ ਚੋਣ ਬਹੁਤ ਹੀ ਖਾਸ ਮਾਇਨੇ ਰੱਖਦੀ ਹੈ। ਚੋਣ ਝਟਕਾ। ਜਿੱਥੇ ਇੱਕ ਪਾਸੇ ਚੋਣ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ, ਉੱਥੇ ਦੂਜੇ ਪਾਸੇ ਇਹਨਾਂ ਤਿਆਰੀਆਂ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਚੋਣ ਝਟਕੇ ਲੱਗ ਰਹੇ ਨੇ। ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਤਾਂ ਇਹਨਾਂ ਦਾ ਕਾਫੀ ਵੋਟ ਬਿਕਰਮ ਸਿੰਘ ਮਜੀਠੀਆ ਡਰੱਗ ਕੇਸ ਦੀ ਵਜ੍ਹਾ ਨਾਲ ਵੀ ਖਿਸਕ ਗਿਆ ਹੈ। ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਕੇਸ ਮਾਮਲੇ ਵਿੱਚ ਸਸ਼ਰਤ ਅਗਾਊਂ ਜ਼ਮਾਨਤ ਮਿਲੀ ਹੈ। ਉਧਰ ਚੋਣ ਪ੍ਰਚਾਰ ਦੇ ਦੌਰਾਨ ਵਿਰੋਧੀ ਪਾਰਟੀਆਂ ਲਗਾਤਾਰ ਡਰੱਗ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਹਮਲਾਵਰ ਹਨ। ਪੰਜਾਬ ਵਿੱਚ ਡਰੱਗ ਸਮੁੱਦਾ ਚੋਣ ਮੁੱਦਾ ਬਣਿਆ ਹੋਇਆ ਹੈ। ਇਹੀ ਵਜ੍ਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਡਰੱਗ ਕੇਸ ਵਿੱਚ ਫਸਣ ਤੋਂ ਬਾਅਦ ਵਿਰੋਧੀ ਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਇਸ ਨੂੰ ਚੋਣ ਹਥਿਆਰ ਬਣਾ ਲਿਆ ਹੈ। ਚੋਣ ਤੋਂ ਠੀਕ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਕਰਮ ਸਿੰਘ ਮਜੀਠੀਆ ਅਤੇ ਕੇਸ ਦਰਜ ਹੋਣ ਤੋਂ ਬਾਅਦ ਵੱਡਾ ਝਟਕਾ ਲੱਗਿਆ। ਸ਼੍ਰੋਮਣੀ ਅਕਾਲੀ ਦਲ ਦਾ ਕਾਫੀ ਵੋਟ ਬੈਂਕ ਖਿਸਕ ਚੁੱਕਿਆ। ਉਧਰ ਭਾਰਤੀ ਜਨਤਾ ਪਾਰਟੀ ਤੇ ਉਸਦੇ ਗਠਜੋੜ ਸਾਥੀ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਭਾਜਪਾ ਵਿਰੋਧੀ ਲਹਿਰ ਸੀ, ਪਰ ਕੈਪਟਨ ਨੇ ਗਠਜੋੜ ਕਰ ਡੈਮੇਜ ਕੰਟਰੋਲ ਕੀਤਾ ਸੀ। ਹੁਣ ਦੁਬਾਰਾ ਤੋਂ ਫਿਰੋਜ਼ਪੁਰ ਮਾਮਲੇ ਦੀ ਵਜ੍ਹਾ ਨਾਲ ਭਾਜਪਾ ਦਾ ਵੋਟ ਬੈਂਕ ਖਿਸਕਣ ਲੱਗਿਆ। ਗੱਲ ਕਾਂਗਰਸ ਦੀ ਕਰੀਏ ਤਾਂ ਉਸਦੇ ਅੰਦਰੂਨੀ ਮਤਭੇਦ ਉਸ ਨੁਕਸਾਨ ਪਹੁੰਚਾ ਸਕਦੇ ਨੇ। ਡੀ ਫੈਕਟਰ ਦੀ ਚੋਣਾਂ ਵਿੱਚ ਭੂਮਿਕਾ। ਪੰਜਾਬ ਵਿੱਚ ਡਿਫੈਕਟਰ ਕਿਸੇ ਵੀ ਸਿਆਸੀ ਦਲ ਨੂੰ ਜਿੱਤ ਦਿਵਾਉਣ ਦੇ ਵਿੱਚ ਅਹਿਮ ਕਿਰਦਾਰ ਨਿਭਾਉਂਦਾ ਹੈ, ਕਿਉਂਕਿ ਦਲਿਤ ਆਬਾਦੀ ਦੁਆਬਾ ਤੇ ਮਾਝਾ ਖੇਤਰ ਵਿੱਚ ਕੁੱਲ 48 ਸੀਟਾਂ ਹਨ। ਉਧਰ ਕਿਆਸ ਲਗਾਏ ਜਾ ਰਹੇ ਨੇ ਕਿ ਕਾਂਗਰਸ ਇਨ੍ਹਾਂ ਦੋ ਖੇਤਰਾਂ ਵਿੱਚ ਕਰੀਬ 30 ਸੀਟਾਂ ਕੱਢ ਸਕਦੀ ਹੈ। ਉਧਰ ਆਮ ਆਦਮੀ ਪਾਰਟੀ ਮਾਲਵਾ ਖੇਤਰ ਵਿੱਚ ਆਪਣੀ ਸਿਆਸੀ ਪਕੜ ਕਾਫੀ ਮਜ਼ਬੂਤ ਕਰ ਰਹੀ ਹੈ। ਪੰਜਾਬ ਦਾ ਸਿਆਸੀ ਤਾਨਾਬਾਨਾ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਸੂਬੇ ਦੇ ਰਾਜਨੀਤਿਕ ਸਮੀਕਰਨ ਪੂਰੀ ਤਰ੍ਹਾਂ ਦੇ ਨਾਲ ਬਦਲ ਚੁੱਕੇ ਨੇ। 2017 ਵਿੱਚ ਕਾਂਗਰਸ ਪਾਰਟੀ ਦਾ ਮੁੱਖ ਚਿਹਰਾ ਕੈਪਟਨ ਅਮਰਿੰਦਰ ਸਿੰਘ ਸੀ।
कांग्रेस ने अमरिंदर सिंह की अगुवाई विच चोणां लड़ियां ते 77 सीटां ते जित दर्ज कीती। वर्तमान विच अमरिंदर सिंह कांग्रेस तो वक्ख हो के पंजाब लोक कांग्रेस का गठन कर चुके ने। अमरिंदर सिंह बीजेपी दे नाल मिल के चोणां लड़ रहे ने। पिछले विधानसभा चोणां दे दौरान अकाली दल ते बीजेपी ने एकजुट हो के चोणां लड़ियां सी। खेती कानूनों के मुद्दे ते पिछले साल अकाली दल ते बीजेपी का गठजोड़ टुट चुका है। इस बार अकाली दल ने बीएसपी दे नाल गठजोड़ किया है। पिछले विधानसभा चोणां विच श्रोमणी अकाली दल ने 15 ते बीजेपी ने 3 सीटां जीतियां सी। आम आदमी पार्टी विधानसभा चोणां अपने बल ते ही लड़ रही है। हाले तक आम आदमी पार्टी ने पंजाब विच किसी नाल भी गठजोड़ नहीं किया। ब्यूरो रिपोर्ट, जगबान टीवी, चंडीगढ़। तो देखिया तुसीं ते जाणिया इस वार दीआं विधानसभा चोणां दे विच राजनीतिक समीकरणां दे बारे विच किस तरह दे नाल सब कुछ घूम रिहा हैगा, किवें किवें चोण झटके भी राजनीतिक पार्टियां नूं लग रहे हैगे ने। समां बेहद घट रह गया हैगा ते तैयारियां जोरां शोरां दे नाल चल रहियां ने, पर जनता भी इस वेले थोड़ी कन्फ्यूज लग रही है कि किस नूं वोट पाईए। तां अजिहे विच सब तों अहम है कि किहड़े उम्मीदवारां नूं टिकट दित्ती जांदी है। इस ते सब दी नज़र टिकी होई है। सत श्री अकाल।